ਜੇ ਹੁਣ ਪਾਟੇ ਪਾ ਕੇ ਜਾਂਦੀਆਂ ਤਾਂ ਮਣੀ ਲੋਕ ਜਰਦੇ ਜੇ ਚੰਗੇ ਪਾ ਕੇ ਜਾਂਦੀਆਂ ਤੇ ਤਾਂ ਮਣੀ ਜਰਦੇ ਅਸੀਂ ਤਾਂ ਇੱਥੋਂ ਨਾਲ ਦੇ ਪਿੰਡ ਦੇ ਵਿੱਚ ਟੈਂਟ ਆ ਜਿਹੜਾ ਉਹ ਬੁੱਕ ਕਰਾਇਆ ਸੀ ਕੱਲ ਦਾ ਉਹਨਾਂ ਨੇ ਟੈਂਟ ਲੋ ਜਵਾਬ ਦਿੱਤਾ ਵੀ ਅਸੀਂ ਬਿਲਕੁਲ ਨਹੀਂ ਬਾਈ ਜੀ ਟੈਂਟ ਲਾਉਣਾਗਾ ਇਹ ਕਿਉਂ ਜਵਾਬ ਦਿੱਤਾ ਇਹ ਹੁਣ ਜਿਹੜੇ ਬੰਦੇ ਨੇ ਗੋਲੀਆਂ ਮਾਰ ਕੇ ਸਾਡੀਆਂ ਭੈਣਾਂ ਦਾ ਕਤਲ ਕੀਤਾ ਉਹਨੂੰ ਇਹ ਲੱਗਦਾ ਸੀ ਵੀ ਕਿਤੇ ਨਾ ਕਿਤੇ ਮੈਂ ਇਸ ਘਟਨਾ ਨੂੰ ਅੰਜਾਮ ਦੇ ਕੇ ਵੀ ਮੈਂ ਸਿਆਸੀ ਲੀਡਰ ਦੇ ਹੱਥਾਂ ਦੇ ਵਿੱਚ ਜਿਹੜਾ ਖੇਡਦਾ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੰਦਿਆਂ ਨੇ ਥੋੜੇ ਦਿਨ ਪਹਿਲਾਂ ਚੈਨਲ ਦੇ ਉੱਤੇ ਏਦਾਂ ਦੇ ਉੱਤੇ ਗੱਲਾਂ ਕੀਤੀਆਂ ਕੁੜੀਆਂ ਨੂੰ ਬਦਨਾਮ ਕਰਨ ਦੀ ਸਾਡੀ ਧੀਆਂ ਨੂੰ ਕੋਸ਼ਿਸ਼ ਕੀਤੀ ਆ ਕਿ ਉਹਨਾਂ ਤੇ ਕਾਰਵਾਈ ਵੀ ਹੋਊਗੀ ਕੀ ਹੁਣ ਤੱਕ ਉਹ ਉਹਨਾਂ ਲੋਕਾਂ ਤੇ ਜਾਂ ਉਸ ਚੈਨਲ ਦੇ ਉੱਤੇ ਕਾਰਵਾਈ ਹੋਈ ਦੋ ਧੀਆਂ ਵੀ ਸਾਡੇ ਘਰੋਂ ਤੋਰਤੀਆਂ ਤੇ ਹਜੇ ਉਹਨਾਂ ਦੇ ਭੋਗ ਲਈ ਟੈਂਟ ਲਾਉਣਾ ਤਾਂ ਉਹਦੇ ਤੋਂ ਵੀ ਜਵਾਬ ਦੇ ਆਇਆ ਇਹ ਹਜੇ ਢਿੱਡ ਨਹੀਂ ਭਰਿਆ ੱਤਕਾ ਕਰਕੇ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਇੱਕਮ ਟੀਵੀ ਮੈਂ ਤਰਲੋਚਨ ਸਿੰਘ ਗਿੱਲ ਇਸ ਸਮੇਂ ਸੇਖਾਂ ਖੁਰਦ ਖੜਾ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਘਟਨਾ ਹੁੰਦੀ ਆ ਦੋ ਸਕੀਆਂ ਪੈਣਾ ਦੇ ਇੱਕ ਮੌਜੂਦਾ ਸਰਪੰਚ ਦੇ ਬੇਟੇ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਕਾਫੀ ਗਰਮਾ ਗਰਮੀ ਰਿਹਾ ਇਹ ਮਾਹੌਲ ਜਿਹੜਾ ਸਾਰਾ ਇਹ ਇਹ ਮੁੱਦਾ ਜਿਹੜਾ ਬਹੁਤ ਗਰਮ ਰਿਹਾ ਪੂਰੇ ਪੰਜਾਬ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਕਹਿ ਸਕਦੇ ਆ ਕਿ ਇਸ ਮੁੱਦੇ ਤੇ ਚਰਚਾ ਛੜੀ ਹੋਈ ਆ ਮੈਂ ਇੱਥੇ ਕਿਉਂ ਆਇਆ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਨਿੱਜੀ ਚੈਨਲ ਨੇ ਇੰਟਰਵਿਊ ਕੀਤੀ ਤੇ ਉਹ ਇੰਟਰਵਿਊ ਕਰਨ ਵਾਲੀ ਭੈਣ ਜਿਹੜੇ ਮੂਰੇ ਉਸ ਪੰਡ ਦੇ ਇਸ ਦੇ ਬਜ਼ੁਰਗ ਬੈਠੇ ਸੀ ਕੁਝ ਨੌਜਵਾਨ ਵੀ ਬੈਠੇ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਲੜਕੀਆਂ ਗਲਤ ਸੀ ਜੀ ਲੜਕੀਆਂ ਇਦਾਂ ਸੀ ਲੜਕੀਆਂ ਉਦਾਂ ਸੀ ਉਹਨਾਂ ਲੋਕਾਂ ਦੀ ਮਨੋਵਿਗਿਆਨਕਤਾ ਤੋਂ ਉਦੋਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੇ ਕੱਪੜਿਆਂ ਤੱਕ ਦੀ ਪਰਖ ਕੀਤੀ ਕਿ ਅਸੀਂ ਉਹਦਾਂ ਦੇ ਕੱਪੜੇ ਨਹੀਂ ਪਾਉਂਦੇ ਜਿਦਾਂ ਦੇ ਉਹ ਪਾਉਂਦੀਆਂ ਸੀ ਮੈਂ ਇੱਥੇ ਜਾਤੀਵਾਦ ਕਰੇ ਦੀ ਗੱਲ ਨਹੀਂ ਕਰਦਾ ਉਹਨਾਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦਾ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਇਹ ਬਣੀ ਹੋਈ ਆ ਕਿ ਉਹ ਇਦਾਂ ਦੇ ਕੱਪੜੇ ਪਾਉਂਦੇ ਸੀ ਜੋ ਅਸੀਂ ਨਹੀਂ ਪਾਉਂਦੇ ਤੇ ਉਹ ਕਿਉਂ ਪਾਉਂਦੇ ਸੀ ਕਿੱਥੋਂ ਪੈਸੇ ਆਉਂਦੇ ਸੀ ਤੇ ਉਹਨਾਂ ਲੋਕਾਂ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਵਿੱਚ ਕਾਫੀ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜੀ ਲੜਕੀਆਂ ਤਾਂ ਗਲਤ ਸੀ ਲੜਕੀਆਂ ਤਾਂ ਪੈਸੇ ਖਾਂਦੀਆਂ ਸੀ ਉਸ ਲੜਕੇ ਤੋਂ ਤੇ ਪਰ ਮੁੰਡਾ ਤਾਂ ਬਹੁਤ ਸਾਊ ਸੀਗਾ ਜੀ ਕਦੇ ਉਹਨੇ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਕਹਿੰਦੇ ਲੜਕਾ ਤਾਂ ਬੜਾ ਸਾਊ ਸੀ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਪਰ ਗੋਲੀਆਂ ਜ਼ਰੂਰ ਮਾਰਦਾ ਮੈਂ ਉਸ ਵਿਅਕਤੀ ਨੂੰ ਪੁੱਛਣਾ ਚਾਹੁੰਨਾ ਜਿਹੜਾ ਕਹਿੰਦਾ ਕਿ ਲੜਕਾ ਤਾਂ ਬੜਾ ਸਾਊ ਆ ਜੀ ਸਾਨੂੰ ਤਾਂ ਯਕੀਨ ਨਹੀਂ ਆਉਂਦਾ ਕਿ ਉਹਨੇ ਐਦਾਂ ਕਰ ਦਿੱਤਾ ਮੈਂ ਪੁੱਛਣਾ ਚਾਹੁੰਨਾ ਉਹਨਾਂ ਲੋਕਾਂ ਨੂੰ ਕਿ ਵਿਆਹਿਆ ਹੋਇਆ ਲੜਕਾ ਆਪਦੀ ਪਤਨੀ ਨੂੰ ਧੋਖਾ ਦੇ ਰਿਹਾ ਪਰ ਮੁੰਡਾ ਬੜਾ ਸਾਊ ਸੀਗਾ ਜੀ ਕੁੱਤੇ ਦੇ ਸੁੱਟੀ ਉਹਨੇ ਮਾਰੀ ਨਹੀਂ ਪਰ ਗੋਲੀ ਮਾਰ ਦਿੱਤੀ ਪਰ ਮੁੰਡਾ ਬੜਾ ਸਾਊ ਸੀਗਾ ਜੀ ਕਿਸੇ ਘਰ ਦੀ ਲੜਕੀ ਨੂੰ ਲੈ ਕੇ ਉਹ ਕਹਿ ਰਿਹਾ ਕਿ ਉਹ ਘੁੰਮਦਾ ਸੀਗਾ ਲੜਕੀਆਂ ਨੂੰ ਲੈ ਕੇ ਲੜਕੀਆਂ ਉਹਦੇ ਨਾਲ ਗਲਤ ਸੀ ਲੜਕੀਆਂ ਨੂੰ ਲੈ ਕੇ ਆਵਾਰਾਗਰਦੀ ਕਰ ਰਿਹਾ ਸੀ ਪਰ ਮੁੰਡਾ ਬੜਾ ਸਾਊ ਸੀਗਾ ਜੀ ਮੇਰੇ ਨਾਲ ਇੱਥੇ ਪਿੰਡ ਦੇ ਲੋਕ ਨੇ ਤੇ ਮੇਰਾ ਉਸ ਇੰਟਰਵਿਊ ਨੂੰ ਦੇਖ ਕੇ ਅੱਜ ਮੈਨੂੰ ਰਹਿ ਨਹੀਂ ਹੋਇਆ ਕਿ ਉਹ ਸਵਾਲ ਪੁੱਛਣ ਵਾਲੀ ਬੀਬੀ ਇੰਨੀਆਂ ਗੱਲਾਂ ਆਪ ਖੁਦ ਲੜਕੀ ਹੋਣ ਦੇ ਬਾਵਜੂਦ ਵੀ ਉਹਨਾਂ ਵਿਅਕਤੀਆਂ ਦੀਆਂ ਇਹ ਗੱਲਾਂ ਸੁਣ ਰਹੀ ਆ ਕਿ ਲੜਕੀਆਂ ਉਹ ਪੈਸੇ ਖਾਂਦੀਆਂ ਸੀ ਤੇ ਉਸ ਬੀਬੀ ਤੋਂ ਇਹ ਮੂਰਿਆਂ ਸਵਾਲ ਨਹੀਂ ਪੁੱਛਿਆ ਗਿਆ ਕਿ ਜੇ ਲੜਕੀਆਂ ਤਾਂ ਪੈਸੇ ਖਾਂਦੀਆਂ ਸੀ ਤੇ ਉਹ ਲੜਕਾ ਉਹਨਾਂ ਪੈਸਿਆਂ ਦੇ ਪਿੱਛੇ ਉਹਨਾਂ ਲੜਕੀਆਂ ਦਾ ਕੀ ਖਾਂਦਾ ਸੀ ਇਹ ਵੀ ਤਾਂ ਮੁੱਦਾ ਨਾ ਕਿ ਜੇ ਲੜਕਾ ਪੈਸੇ ਖਵਾਉਂਦਾ ਸੀ ਤਾਂ ਉਹਦੇ ਵੱਟੇ ਖਾਂਦਾ ਕੀ ਸੀ ਉਹਨਾਂ ਲੜਕੀਆਂ ਨੂੰ ਨੋਚ ਕੇ ਖਾਂਦਾ ਸੀ ਤੁਹਾਡੇ ਕਹਿਣ ਦਾ ਇਹੀ ਮਤਲਬ ਆ ਕਿ ਪੈਸੇ ਖਾਂਦੀਆਂ ਸੀ ਤੇ ਉਹਦੇ ਬਦਲੇ ਫਿਰ ਉਹ ਕੀ ਖਾਂਦਾ ਸੀ ਇੱਥੇ ਮੈਂ ਸਮਾਜ ਦੀ ਮਾਨਸਿਕਤਾ ਤੋਂ ਹੈਰਾਨ ਆ ਕਿ ਕਿਸੇ ਦੀ ਧੀ ਨੂੰ ਮਾੜਾ ਚੰਗਾ ਕਹਿ ਦੇਣਾ ਬੜਾ ਸੌਖਾ ਹੁੰਦਾ ਜਦੋਂ ਆਪ ਦੀ ਧੀ ਤੇ ਬਣਦੀ ਆ ਪਤਾ ਤਾਂ ਉਦੋਂ ਲੱਗਦਾ ਵਾ ਮੇਰੇ ਨਾਲ ਪਿੰਡ ਦੇ ਬਜ਼ੁਰਗ ਬੈਠੇ ਨੇ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਕੀ ਘਟਨਾ ਹੋਈ ਆ ਇਹ ਸਾਰੀ ਕਿਦਾਂ ਧੱਕਾ ਹੋਇਆ ਪਰਿਵਾਰ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਪਰਿਵਾਰ ਨਾਲ ਵੀ ਤੁਹਾਨੂੰ ਮਿਲਾ ਕੇ ਲੈ ਕੇ ਆਉਂਗਾ ਬਾਪੂ ਜੀ ਕੀ ਨਾਮ ਆ ਤੁਹਾਡਾ ਨਿਸ਼ੱਤਰ ਸਿੰਘ ਜੀ ਨਿਸ਼ੱਤਰ ਸਿੰਘ ਜੀ ਕੀ ਹੋਇਆ ਜੀ ਇਹ ਘਟਨਾ ਕਿਵੇਂ ਦੇਖਦੇ ਹੋ ਕਿੱਥੇ ਕਿਹੜਾ ਪਰਿਵਾਰ ਨਾਲ ਕਿਹੜੇ ਪਰਿਵਾਰ ਨਾਲ ਧੱਕਾ ਹੋਇਆ ਹੁਣ ਕਿਹੜਾ ਪਰਿਵਾਰ ਹੁਣ ਇੱਥੇ ਬੈਠੇ ਸਵੇਰਾ ਆ ਲਾ ਦੋਦੇ ਇੱਥੇ ਬੈਠਿਆ ਨੇ ਪਰਿਵਾਰ ਕਿੰਨਾ ਕੁ ਪੈਸੇ ਵਾਲਾ ਜੀ ਜਿਹਨਾਂ ਦੇ ਲੜਕੀਆਂ ਮਰੀਆਂ ਨੇ ਉਹ ਪਹਿ ਹੈਗੇ ਜੀ ਉਹ ਘੂ ਘੜੀਓ ਉੱਥੇ ਜਾਓ ਉਹ ਪਹਿ ਹੈਗੇ ਸੀ ਆ ਗਰੀਬ ਪਰਿਵਾਰੀ ਆ ਗਰੀਬ ਪਰਿਵਾਰ ਆ ਸੋ ਸਦੀਆਂ ਤੋਂ ੱੱਕਾ ਤਾਂ ਹੁੰਦਾ ਆ ਗਰੀਬ ਪਰਿਵਾਰਾਂ ਦੇ ਨਾਲ ਹੀ ੱੱਕਾ ਹੁੰਦਾ ਆ ਵਾ ਸੋ ਦੇਖਦਾ ਮੈਂ ਪਰਿਵਾਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਪਰਿਵਾਰ ਸਦਮੇ ਦੇ ਵਿੱਚ ਆ ਦੋ ਜਵਾਨ ਧੀਆਂ ਦਾ ਘਰੋਂ ਚਲੇ ਜਾਣਾ ਵੱਡੀ ਬੜੀ ਵੱਡੀ ਗੱਲ ਹੁੰਦੀ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਪਰਿਵਾਰਾਂ ਨਾਲ ਟੱਕਰ ਹੋਣੀ ਜਿਨ੍ਹਾਂ ਦੇ ਕੋਲੇ ਪੈਸਾ ਵਾ ਸ਼ੌਹਰਤ ਆ ਸੁਖ ਆ ਮੌਜੂਦਾ ਸਰਕਾਰਾਂ ਦੇ ਸਰਪੰਚ ਨੇ ਉਹਨਾਂ ਨਾਲ ਟੱਕਰ ਲੈਣੀ ਬੜੀ ਮੁਸ਼ਕਲ ਹੁੰਦੀ ਆ ਆਓ ਮੈਂ ਤੁਹਾਨੂੰ ਉਹਨਾਂ ਪਰਿਵਾਰਾਂ ਦੇ ਨਾਲ ਗੱਲ ਕਰਾਉਣਾ ਇਸ ਪਰਿਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੱਡੇ ਕਿ ਉਹਨਾਂ ਨੇ ਮਹਿਲ ਖੜੇ ਕੀਤੇ ਹੋਏ ਨੇ ਜਿਹੜਾ ਉਸ ਇੰਟਰਵਿਊ ਦੇ ਵਿੱਚ ਕਿਹਾ ਗਿਆ ਕਿ ਉਦਾਂ ਦੇ ਘਰਾਂ 'ਚ ਅਸੀਂ ਨਹੀਂ ਰਹਿ ਰਹੇ ਜਾਂ ਉਦਾਂ ਦੇ ਕੱਪੜੇ ਅਸੀਂ ਨਹੀਂ ਪਾਉਂਦੇ ਮੈਂ ਐਸੇ ਕਰਕੇ ਅੱਜ ਉਹ ਦੇਖਣ ਆਇਆ ਮਾਂ ਕਿ ਕਿੱਡਾ ਇਸ ਪਰਿਵਾਰ ਨੇ ਮਹਿਲ ਖੜਾ ਕੀਤਾ ਤੇ ਕਿੰਨਾ ਕਿ ਲੋਕ ਕਿੰਨਾ ਕਿ ਇਹਨਾਂ ਲੋਕਾਂ ਨੇ ਪੈਸਾ ਬਣਾਇਆ ਵਾ ਜਿਹੜਾ ਉਹਨਾਂ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਸਦੀਆਂ ਤੋਂ ਹੁੰਦਾ ਹੀ ਇਹੀ ਆਇਆ ਕਿ ਜਿਹੜਾ ਪਰਿਵਾਰ ਆ ਗਰੀਬ ਪਰਿਵਾਰ ਦੇ ਨਾਲ ੱਤਕਾ ਹਮੇਸ਼ਾ ਹੁੰਦਾ ਆਇਆ ਤੇ ਸੁਣਵਾਈਆਂ ਵੀ ਨਹੀਂ ਹੁੰਦੀਆਂ ਆਈਆਂ ਮੈਂ ਕੋਸ਼ਿਸ਼ ਕਰੂੰਗਾ ਪਰਿਵਾਰ ਇੱਥੇ ਬੈਠਾ ਵਾ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਪਾਜੀ ਅਸੀ ਕਾਲ ਜੀ ਅਸੀ ਕਾਲ ਜੀ ਕੀ ਨਾਂ ਜੀ ਆਪਣਾ ਹਰ ਮੇਰ ਖੰਨੇ ਅਨੇਕ ਸੰਜੀ ਘਟਨਾ ਹੋਈ ਕੀ ਸਾਰੀ ਇਹ ਜਿੰਨਾ ਕ ਅਸੀਂ ਦੇਖਣ ਦੇ ਵਿੱਚ ਆਇਆ ਮੈਨੂੰ ਪਤਾ ਜੀ ਫਾਦਰ ਸਾਹਿਬ ਮੈਂ ਦੇਖੇ ਨੇ ਉਹਦੇ ਵਿੱਚ ਜਿੰਨਾ ਕ ਮੈਨੂੰ ਪਤਾ ਲੱਗਿਆ ਕਿ ਉਹ ਲੜਕੀਆਂ ਪੇਪਰ ਦੇਣ ਗਈਆਂ ਸੀਗੀਆਂ ਉੱਥੇ ਕੋਈ ਗੱਲ ਹੋਈ ਤੇ ਉੱਥੇ ਇਹ ਜਿਹੜਾ ਗੋਲੀकांड ਸਾਰਾ ਹੁੰਦਾ ਵਾਪਰਦਾ ਵਾ ਮੈਂ ਆਇਆ ਕਿਉਂ ਅੰਕਲ ਜੀ ਮੈਂ ਇਸ ਕਰਕੇ ਆਇਆ ਕਿ ਕੁਛ ਦਿਨ ਪਹਿਲਾਂ ਇੱਥੇ ਨਾ ਤੁਹਾਡੇ ਪਿੰਡ ਇੱਕ ਚੈਨਲ ਨਿੱਜੀ ਚੈਨਲ ਦੀ ਬੀਬੀ ਆਈ ਉਹਨੇ ਕੋਈ 8-10 ਬੰਦੇ ਉਹਦੇ ਮੂਹਰੇ ਬੈਠੇ ਆ ਦੋ ਨੌਜਵਾਨ ਵੀ ਬੈਠੇ ਆ ਉਹਨਾਂ ਵੱਲੋਂ ਬੜੇ ਇਦਾਂ ਦੇ ਇਲਜ਼ਾਮ ਲਗਾਏ ਗਏ ਜੀ ਉਹ ਪੈਸੇ ਖਾਂਦੀਆਂ ਸੀ ਉਹ ਇਹ ਕਰਦੀਆਂ ਸੀ ਉਹ ਕਰਦੀਆਂ ਸੀ ਤੇ ਇੱਕ ਬਾਬਾ ਵਿੱਚੋਂ ਬੋਲਦਾ ਕਹਿੰਦਾ ਜੀ ਅਸੀਂ ਤਾਂ ਉਹਦਾ ਦੇ ਕੱਪੜੇ ਅਸੀਂ ਨਹੀਂ ਪਾਉਂਦੇ ਜਿੱਦਾਂ ਦੇ ਉਹ ਪਾਉਂਦੇ ਸੀ ਮੈਂ ਉਹਨਾਂ ਲੋਕਾਂ ਦੀ ਮਾਨਸਿਕਤਾ ਤੋਂ ਹੈਰਾਨ ਆ ਜਿਹੜੇ ਕੱਪੜਿਆਂ ਤੋਂ ਸਾਨੂੰ ਪਰਖਦੇ ਆ ਕੀ ਲੱਗਦਾ ਵਾ ਕਿ ਇਹ ਸਿਰਫ ਜਾਤੀਵਿਚਰੇ ਕਰਕੇ ਹੋਇਆ ਕੋਈ ਖਿਜਵਾਜੀ ਸੀ ਪੁਰਾਣੀ ਕੋਈ ਖਿਜਵਾਜੀ ਨਹੀਂ ਸੀ ਹੂੰ ਸਾਡੀ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਕੁਸ਼ਣ ਨਹੀਂ ਸੀ ਹੂੰ ਬਸ ਇਹ ਤਾਂ ਜੋ ਹੋ ਗਿਆ ਸੋ ਠੀਕ ਹੈ ਬਸ ਬਾਕੀ ਇੱਧਰ ਕਰਾਂ ਉਹ ਆ ਵੀਰੇ ਪੁਲਿਸ ਵਾਲਿਆਂ ਨੇ ਕੀ ਕਿਹਾ ਹੁਣ ਦੁਬਾਰਾ ਕੋਈ ਗੱਲ ਹੋਈ ਅ ਵੀਰ ਜੀ ਜਿਹੜਾ ਵੱਖ-ਵੱਖ ਧਰਾਮਾਂ ਦੇ ਤਹਿਤ ਕਤਲ ਦਾ ਮਕਦਮਾ 307 ਦਾ ਐਸ ਸੀ ਐਸ ਟੀ ਤਹਿਤ ਅਸਲਾ ਐਕਟ ਤਹਿਤ ਹੂੰ ਪਰਚਾ ਦਰਜ ਕਰਕੇ ਜਿਹੜਾ ਪੁਲਿਸ ਨੇ ਅ ਜਿਹੜਾ ਇੱਥੋਂ ਦੇ ਸਰਪੰਚ ਦਾ ਗੁਰਵੀਰ ਲੜਕਾ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੇਲ੍ਹ ਦੇ ਵਿੱਚ ਹੈਗਾ ਔਰ ਆਉਣ ਵਾਲੀ 7 ਤਰੀਕ ਤੱਕ ਆ ਜਿਹੜਾ ਉਹ ਪੁਲਿਸ ਨੇ ਜਿਹੜਾ ਚਲਾਨ ਪੇਸ਼ ਕਰਨਾ ਹੈਗਾ ਇਹ ਸਾਰੀ ਘਟਨਾਵਾਂ ਦਾ ਜਿਹੜੇ ਕਰ ਅਸੀਂ ਦੇਖੀਏ ਤਾਂ ਇਹਦੇ ਵਿੱਚ ਇਹ ਆਉਂਦਾ ਹੈਗਾ ਕਿ ਇੱਕ ਪਾਸੇ ਉਹ ਲੋਕ ਆ ਜਿਹੜੇ ਦੱਬੇ ਕੁਚਲੇ ਲੋਕ ਆ ਇੱਕ ਪਾਸੇ ਉਹ ਆ ਜਿਹੜੇ ਪਿੰਡ ਦਾ ਚੌਧਰੀ ਲਾਣਾ ਹੈਗਾ ਤੇ ਹਮੇਸ਼ਾ ਹੀ ਜਿਹੜਾ ਇੱਕ ਜਮਾਤ ਨੂੰ ਆ ਜਿਹੜਾ ਦਬਾਉਂਦਾ ਆ ਆ ਰਿਹਾ ਹੈਗਾ ਜਿਹੜੀ ਕਿਰਤ ਕਰਕੇ ਖਾਣ ਵਾਲੀ ਜਮਾਤ ਨੂੰ ਦਬਾਉਂਦਾ ਆ ਰਿਹਾ ਹੈਗਾ ਉਸੇ ਮਾਨਸਿਕਤਾ ਦੇ ਵਿੱਚੋਂ ਹੀ ਇਹ ਸਾਰੀ ਘਟਨਾ ਨੇ ਜਨਮ ਲਿਆ ਹੈਗਾ ਕਿਉਂਕਿ ਜਿਹੜੇ ਬੰਦੇ ਨੇ ਗੋਲੀਆਂ ਮਾਰ ਕੇ ਸਾਡੀਆਂ ਭੈਣਾਂ ਦਾ ਕਤਲ ਕੀਤਾ ਉਹਨੂੰ ਇਹ ਲੱਗਦਾ ਸੀ ਵੀ ਕਿਤੇ ਨਾ ਕਿਤੇ ਮੈਂ ਇਹ ਇਸ ਘਟਨਾ ਨੂੰ ਅੰਜਾਮ ਦੇ ਕੇ ਵੀ ਮੈਂ ਸਿਆਸੀ ਲੀਡਰ ਦੇ ਹੱਥਾਂ ਦੇ ਵਿੱਚ ਜਿਹੜਾ ਖੇਡਦਾ ਹੈਗਾ ਜਾਂ ਮੇਰਾ ਪਿਓ ਸਰਪੰਚ ਹੈ ਵੀ ਮੈਨੂੰ ਬਚਾ ਲੂਗਾ ਇਸ ਕਰਕੇ ਇਹ ਸਾਰਾ ਜਿਹੜਾ ਇੱਕ ਪੂਰਾ ਜਿਵੇਂ ਆਪਾਂ ਕਹਿੰਦੀਏ ਵੀ ਇੱਕ ਦਲਤ ਪਰਿਵਾਰ ਨੂੰ ਆ ਜਿਹੜਾ ਕੁਚਲਣ ਦੀ ਕੋਸ਼ਿਸ਼ ਕੀਤੀ ਆ ਇਹ ਜੋ ਵੱਖ-ਵੱਖ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਉਹ ਕੁੜੀਆਂ ਆਏ ਸੀ ਇਹ ਸੀ ਉਹ ਸੀ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਕੁੜੀਆਂ ਨੇ ਜਿਹੜੀ BCA ਔਰ ਹੋਰ ਹੋਰ ਕਈ ਡਿਗਰੀਆਂ ਦੇ ਨਾਲ ਆ ਜਿਹੜਾ ਆਪ ਦਾ ਜੀਵਨ ਨੂੰ ਆਪਦੇ ਪਿਵੈਖ ਨੂੰ ਜਿਹੜਾ ਸੁਨਹਿਰੀ ਬਣਾਉਣ ਦੇ ਲਈ ਜਿਹੜਾ ਵੱਖ-ਵੱਖ ਕਾਲਜਾਂ ਦੇ ਵਿੱਚ ਐਡਮਿਸ਼ਨ ਲੈ ਕੇ ਉਹਨੂੰ ਸੁਨਹਿਰੀ ਬਣਾਉਣ ਦੀ ਆਪਦੇ ਪਿਵੈਖ ਨੂੰ ਸੁਨਹਿਰੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਇਸ ਤਰ੍ਹਾਂ ਦੀਆਂ ਜਿਵੇਂ ਅਫਵਾਹਾਂ ਫਲਾ ਰਹੇ ਹੈਗੇ ਆ ਇਹ ਬਿਲਕੁਲ ਗਲਤ ਹੈ ਬਿਲਕੁਲ ਝੂਠੀਆਂ ਨੇ ਇਹ ਜੇ ਕੋਈ ਗੱਲਬਾਤ ਹੈ ਤਾਂ ਸਾਡੇ ਨਾਲ ਆ ਕੇ ਗੱਲਬਾਤ ਕਰਨ ਕੋਈ ਸਬੂਤ ਪੇਸ਼ ਕਰਨ ਫਿਰ ਅਸੀਂ ਮੰਨਗੇ ਨਹੀਂ ਤਾਂ ਇਹ ਸਾਰਾ ਕੁਝ ਹੈਗਾ ਇਹ ਸਾਰਾ ਇੱਕ ਜਿਹੜਾ ਜਾਤੀ ਵਿਤਕਰਾ ਹੈਗਾ ਜਿਹੜੀ ਇੱਕ ਜਿਵੇਂ ਆਪਾਂ ਕਹਿੰਦੇਗੇ ਆਹੀ ਗੱਲ ਕਹਿਣ ਲੱਗਿਆ ਸੀ ਇਹੀ ਗੱਲ ਕਹਿਣ ਲੱਗਿਆ ਸੀ ਵੀ ਇਸ ਘਟਨਾ ਦੇ ਵਿੱਚ ਕਿਤੇ ਕਿਸੇ ਹੱਦ ਤੱਕ ਉਹਨੂੰ ਇਹ ਵੀ ਚੀਜ਼ ਦਾ ਕਮਾਂਡ ਹੋਊਗਾ ਨਾ ਕਿ ਮੇਰਾ ਕੀ ਵਿਗਾਰ ਲਣਗੇ ਯਾਰ ਇਦਾਂ ਨੇ ਛੋਟੇ ਲੋਕ ਨੇ ਕੀ ਕਰ ਲਣਗੇ ਇਦਾਂ ਦੀ ਮਾਨਸਿਕਤਾ ਵੀ ਹੋਊਗੀ ਨਾ ਬਿਲਕੁਲ ਹੈਗੀ ਹੈ ਜੀ ਪਰ ਇਹਦੇ ਵਿੱਚ ਜਿਹੜਾ ਸਾਡਾ ਐਸੇ ਸਮਾਜ ਇਕੱਠਾ ਹੋ ਕੇ ਜਿਹੜੇ ਹਿਸਾਬ ਦੇ ਨਾਲ ਜਿਹੜਾ ਇਹ ਚੌਧਰੀ ਲਾਣੇ ਵੱਲੋਂ ਦਬਾਅ ਪਾਇਆ ਜਾ ਰਿਹਾ ਸੀਗਾ ਪੁਲਿਸ ਰਾਈ ਜਾਂ ਪ੍ਰਸ਼ਾਸਨ ਰਾਈ ਤੇ ਇਹ ਸਾਡੇ ਸਾਰੇ ਜਿਹੜੇ ਸਮਾਜ ਨੇ ਇਕੱਠਾ ਹੋ ਕੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਿੰਦਾ ਹੈ ਬੰਦੇ ਗ੍ਰਿਫਤਾਰ ਕਰਾਇਆ ਸਾਰੀਆਂ ਜਿਹੜੀਆਂ ਲੋੜਿੰਦੀਆਂ ਧਾਰਾਵਾਂ ਸੀਗਾ ਉਹ ਲਵਾਈਆਂ ਤੇ ਦੋਸ਼ੀਆਂ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਤੁੰਨੇ ਔਰ ਸਾਡੇ ਸਾਰੇ ਪਰਿਵਾਰ ਦੀ ਇਹ ਮੰਗਾ ਕਿ ਦੋਸ਼ੀਆਂ ਨੂੰ ਫਾਹੇ ਲਾਇਆ ਜਾਵੇ ਮੈਂ ਨਾ ਕੱਲ ਦੇਖਦਾ ਪਿਆ ਸੀ ਵਿਜੇ ਸੰਪਲਾ ਵੀ ਜੀ ਆਏ ਸੀ ਕਿੱਥੇ ਕਹਿੰਦੇ ਪਰਿਵਾਰ ਨੂੰ ਮਿਲ ਕੇ ਗਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੰਦਿਆਂ ਨੇ ਥੋੜੇ ਦਿਨ ਪਹਿਲਾਂ ਚੈਨਲ ਦੇ ਉੱਤੇ ਏਦਾਂ ਦੇ ਉੱਤੇ ਗੱਲਾਂ ਕੀਤੀਆਂ ਕੁੜੀਆਂ ਨੂੰ ਬਦਨਾਮ ਕਰਨ ਦੀ ਸਾਡੀ ਧੀਆਂ ਨੂੰ ਕੋਸ਼ਿਸ਼ ਕੀਤੀ ਆ ਕਿ ਉਹਨਾਂ ਤੇ ਕਾਰਵਾਈ ਵੀ ਹੋਊਗੀ ਕੀ ਹੁਣ ਤੱਕ ਉਹ ਉਹਨਾਂ ਲੋਕਾਂ ਤੇ ਜਾਂ ਉਸ ਚੈਨਲ ਦੇ ਉੱਤੇ ਕਾਰਵਾਈ ਹੋਈ ਅਜੇ ਤੱਕ ਕੋਈ ਕਿਸੇ ਚੈਨਲ ਤੇ ਕਾਰਵਾਈ ਨਹੀਂ ਹੋਈ ਅਸੀਂ ਤਾਂ ਇੱਥੋਂ ਨਾਲ ਦੇ ਪਿੰਡ ਦੇ ਵਿੱਚ ਟੈਂਟ ਹੈ ਜਿਹੜਾ ਉਹ ਬੁੱਕ ਕਰਾਇਆ ਸੀ ਕੱਲ ਦਾ ਉਹਨਾਂ ਨੇ ਟੈਂਟ ਲੋ ਜਵਾਬ ਦਿੱਤਾ ਵੀ ਅਸੀਂ ਬਿਲਕੁਲ ਨਹੀਂ ਬਾਈ ਜੀ ਟੈਂਟ ਲਾਉਣਾਗਾ ਇਹ ਕਿਉਂ ਜਵਾਬ ਦਿੱਤਾ ਇਹ ਹੁਣ ਉਹਦਾ ਕੋਈ ਕਾਰਨ ਦਾ ਸਾਨੂੰ ਪਤਾ ਨਹੀਂ ਹੈਗਾ ਅਸੀਂ ਠੱਠੀ ਗਏ ਠੱਠੀ ਭਾਈ ਨਾਲ ਪਿੰਡਾ ਉੱਥੇ ਵੀ ਸਾਨੂੰ ਟੈਂਟ ਲੋ ਜਵਾਬ ਦਿੱਤਾ ਗਿਆ ਇਹਦਾ ਕਾਰਨ ਟੈਂਟ ਵਾਲੇ ਮਾਲਕਾਂ ਨੂੰ ਪਤਾ ਹੈਗਾ ਇਸ ਕਰਕੇ ਸਾਨੂੰ ਕੋਈ ਟੈਂਟ ਦੀ ਘਾਟ ਨਹੀਂ ਹੈਗੀ ਅਸੀਂ ਬਰਗਾੜੀਆਂੋਂ ਜਾ ਕੇ ਬਿਲਕੁਲ ਜੀ ਬਿਲਕੁਲ ਇਹ ਜਿਵੇਂ ਕਹਿ ਰਿਹਾ ਕਿ ਇੱਕ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਉਹਨੂੰ ਦਬਾਉਣ ਦੀਆਂ ਕੋਸ਼ਸ਼ਾਂ ਕਿ ਇਹ ਗਰੀਬ ਪਰਿਵਾਰ ਨੇ ਇੰਨੀ ਆਵਾਜ਼ ਚੱਕ ਕੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਂ ਜੇਲ੍ਹ 'ਚ ਭੇਜਿਆ ਇਹ ਮਾਨਸਿਕਤਾ ਕਿਹੜੀ ਮਾਨਸਿਕਤਾ ਹੈਗੀ ਆ ਜਿਹੜੀ ਮਾਨਸਿਕਤਾ ਸਾਡੇ ਗੁਰੂਆਂ ਨੇ ਜਿਹੜੀ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹ ਉਹੀ ਮਾਨਸਿਕਤਾ ਉੱਪਰ ਕੇ ਸਾਹਮਣੇ ਜਿਹੜੀ ਸਾਡੇ ਐਸਸੀ ਭਾਈਚਾਰੇ ਦੇ ਜਿਹੜਾ ਖਿਲਾਫ ਆ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਆ ਇਹਨੂੰ ਨੱਥ ਪੇੜਨੀ ਚਾਹੀਦੀ ਆ ਚਾਹੇ ਉਹ ਵਿਜੇ ਸਾਪਲਾ ਨੇ ਵਿਸ਼ਵਾਸ ਦਿੱਤਾ ਸੀ ਉਹਨਾਂ ਜਿਹੜੇ ਬੰਦਿਆਂ ਨੇ ਪਹਿਲਾਂ ਬੋਲਿਆ ਸੀਗਾ ਉਨ੍ਹਾਂ ਖਿਲਾਫ ਜਿਹੜੀ ਕਾਰਵਾਈ ਬਣਦੀ ਸੀ ਉਹ ਹੋਵੇ ਤਾਂ ਗੱਲ ਚੰਗੀ ਹੈਗੀ ਆ ਪਰ ਜਿਹੜੇ ਬੰਦੇ ਨੇ ਇਹਨਾਂ ਨੇ ਕਹਿ ਕੇ ਸਾਨੂੰ ਟੈਂਟ ਦਾ ਜਿਹੜਾ ਉਹ ਕਿਹਾ ਉਸ ਤੋਂ ਬਾਅਦ ਜਵਾਬ ਦਿੱਤਾ ਇਹ ਕਿਉਂ ਜਵਾਬ ਦਿੱਤਾ ਇਹ ਉਹ ਦੱਸ ਸਕਦੇ ਆ ਅਸੀਂ ਮੰਨਦੇ ਹੈਗੇ ਕਿ ਸਾਰਾ ਸਿਆਸੀ ਦਬਾਅ ਦੇ ਤਹਿਤ ਹੋਇਆ ਨਹੀਂ ਹਜੇ ਤੱਕ ਢਿੱਡ ਨਹੀਂ ਭਰਿਆ ਦੋ ਧੀਆਂ ਵੀ ਸਾਡੇ ਘਰੋਂ ਤੋਰਤੀਆਂ ਤੇ ਹਜੇ ਉਹਨਾਂ ਦੇ ਭੋਗ ਲਈ ਟੈਂਟ ਲਾਉਣਾ ਤਾਂ ਉਹਦੇ ਤੋਂ ਵੀ ਜਵਾਬ ਦਿਆ ਇਹ ਹਜੇ ਢਿੱਡ ਨਹੀਂ ਭਰਿਆ ਠੱਕਾ ਕਰਕੇ ਦੇਖੋ ਜੀ ਇਹ ਸਾਰਾ ਕੌਸ਼ ਗਰੀਬੀ ਮਿਠੀ ਸ਼ਾਸਤ ਦੇ ਤਹਿਤ ਹੋ ਰਿਹਾ ਹੈਗਾ ਗੱਲ ਇੰਨੀ ਹੈਗੀ ਆ ਕਿ ਜਿਹੜਾ ਵੀ ਬੰਦਾ ਜਿਹੜੇ ਵੀ ਲੋਕ ਧੱਕੇ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਅਸੀਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਬੰਦਿਆਂ ਨੇ ਪਹਿਲਾਂ ਸਾਨੂੰ ਟੈਂਟ ਦਾ ਕਹਿ ਕੇ ਮੌਕੇ ਤੇ ਜਵਾਬ ਦਿੱਤਾ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਹੁਣ ਅਸੀਂ ਸਾਰੇ ਆਸ-ਪਾਸ ਦੇ ਪਿੰਡ ਸੇਖੇ ਦਾ ਟੈਂਟ ਤੇ ਠੱਠੀ ਭਾਈ ਦਾ ਜਿਹੜਾ ਟੈਂਟ ਦੇ ਵਾਲੇ ਨੇ ਸਾਨੂੰ ਜਵਾਬ ਦਿੱਤਾ ਅਸੀਂ ਸਾਰੇ ਅਸੀਂ ਭਾਈ ਜਰਾ ਉਹਨਾਂ ਟੈਂਟ ਵਾਲਿਆਂ ਦਾ ਬਾਈਕਾਟ ਕਰਦੇ ਆਂ ਅਸੀਂ ਕਦੇ ਵੀ ਉਹਨਾਂ ਦਾ ਟੈਂਟ ਜਿਹੜਾ ਬੁੱਕ ਨਹੀਂ ਕਰਵਾਵਾਂਗੇ ਕਦੇ ਵੀ ਉਹ ਦੂਜੇ ਪੇ ਭਣਾ ਭਰਾਵਾਂ ਨੂੰ ਵੀ ਕਹਾਂਗੇ ਵੀ ਇਹ ਸਾਡੇ ਔਖੇ ਸਮੇਂ 'ਚ ਨਹੀਂ ਖੜੇਗੇ ਇਹਨਾਂ ਨੂੰ ਜਿਹੜਾ ਬਿਲਕੁਲ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਇਹਨਾਂ ਇਹਨਾਂ ਟੈਂਟ ਵਾਲਿਆਂ ਦਾ ਦੋ ਇੱਕ ਸੇਖਾ ਵੱਡਾ ਵੱਡਾ ਸੇਖਾ ਇੱਕ ਠੱਠੀ ਭਾਈ ਸਾਨੂੰ ਕਹਿ ਕੇ ਜਿਹੜਾ ਜਵਾਬ ਦਿੱਤਾ ਗਿਆ ਹਾਂ ਕਾਰਨ ਦਾ ਕੋਈ ਪਤਾ ਨਹੀਂ ਇਹ ਹੋ ਦੱਸ ਸਕਦੇ ਹੈਗੇ ਆ ਦੇ ਅਸੀਂ ਬਰਗਾੜੀ ਤੋਂ ਟੈਂਟ ਕੀਤਾ ਜਾ ਕੇ ਜਿਹੜੀ ਮੈਂ ਵੀਡੀਓ ਦੇਖ ਕੇ ਨਾ ਆਇਆ ਵਾ ਸਾਰੇ ਚੈਨਲ ਨੇ ਵੀ ਇਹ ਕਰਤੀ ਸੀ ਖਬਰ ਸਾਰੇ ਕਿਤੇ ਫੈਲ ਗਈ ਸੀ ਮੈਂ ਜਿਹੜੀ ਚੀਜ਼ ਦੇਖ ਕੇ ਆਇਆ ਵਾਂ ਅੱਜ ਸਵੇਰੇ ਮੈਨੂੰ ਇੱਕ ਵੀਡੀਓ ਦੇਖਣ ਨੂੰ ਮਿਲਦੀ ਪਈ ਆ ਦੋ ਮੁੰਡੇ ਨੌਜਵਾਨ ਆਪਣੇ ਆਪ ਨੂੰ ਉਸ ਲੜਕੇ ਦਾ ਸਾਥੀ ਹੋਣ ਦਾ ਜਾਂ ਦੋਸਤ ਹੋਣ ਦਾ ਦਾਵਾ ਕਰਦੇ ਹੋਏ ਏਦਾਂ ਦੀਆਂ ਗੱਲਾਂ ਕਰਦੇ ਪਏ ਨੇ ਜਿਹੜੀਆਂ ਇਸ ਲੜਕੀ ਦੀ ਜਾਂ ਇਸ ਪਰਿਵਾਰ ਦੀ ਇੱਜ਼ਤ ਦੇ ਸ਼ਾਨ ਦੇ ਖਿਲਾਫ ਨੇ ਕੀ ਪਤਾ ਤੁਹਾਨੂੰ ਕਿ ਉਹ ਲੜਕੇ ਕੌਣ ਨੇ ਭਾਈ ਜੀ ਜਿਹੜੇ ਉਹ ਦੋ ਲੜਕੇ ਆ ਉਹ ਇਸ ਪਿੰਡ ਦੇ ਹੈ ਹੀ ਨਹੀਂਗੇ ਅੱਛਾ ਜੀ ਉਹ ਇਸ ਪਿੰਡ ਦੇ ਨਹੀਂ ਹੈਗੇ ਜਿਹੜੇ ਕਹਿ ਰਹੇ ਆ ਕਿ ਮਾਂ ਪੈਸੇ ਲੈ ਗਈ ਫਲਾਨਾ ਆਇਆ ਕਰਗਾ ਟੈਮ ਕਰ ਉਹ ਇਸ ਪਿੰਡ ਦੇ ਹੈ ਨਹੀਂ ਇਥੋਂ ਆ ਕੇ ਤੁਸੀਂ ਪਿੰਡ ਤੋਂ ਪਤਾ ਕਰ ਲੋ ਉਹ ਕੋਈ ਉਹਨਾਂ ਕੋਲੇ ਉਹ ਸਬੂਤ ਵੀ ਆਪਾਂ ਕਿਉਂ ਦੀਏ ਜਦੋਂ ਇਸ ਪਿੰਡ ਦੇ ਹੈ ਹੀ ਨਹੀਂਗੇ ਨਾ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਕੋਈ ਗੱਲਬਾਤ ਸਾਡੀਆਂ ਭੈਣਾਂ ਨੇ ਕੀਤੀ ਹੈਗੀ ਆ ਉਹ ਇਹ ੱੱੱਕਾ ਜਿਹੜਾ ਲੜਕਾ ਕਰ ਰਹੀ ਉਹ ੱੱੱਕੇ ਦੇ ਖਿਲਾਫ ਲੜਦੀਆਂ ਹੋਈਆਂ ਉਹ ਉਹਨਾਂ ਨੇ ਛਾਤੀ ਦੇ ਵਿੱਚ ਸੀਨੇ ਦੇ ਵਿੱਚ ਗੋਲੀਆਂ ਖਾ ਕੇ ਉਹ ਸ਼ਹੀਦ ਹੋਈਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਵਾਲਿਆਂ ਤੇ ਜਿਹੜੇ ਇੱਥੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਤੇ ਪਰਚੇ ਦਰਜ ਕਰਾਂਗੇ ਜਿਹੜੇ ਬੰਦੇ ਪਹਿਲਾਂ ਬੋਲੇ ਸੀ ਉਹ ਚੁੱਪ ਕਰ ਗਏ ਅੰਦਰ ਹੀ ਵੜ ਗਏ ਆ ਹੁਣ ਇਹ ਨਵੇਂ ਜਿਹੜੇ ਹੈਗੇ ਆ ਅਸੀਂ ਕਹਿੰਨੇ ਕਿ ਇਹਨਾਂ ਦੀ ਸ਼ਾਨਵੀਨ ਪੁਲਿਸ ਕਰਕੇ ਇਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਵੀਰ ਇੱਕ ਮੈਂ ਤੁਹਾਡੇ ਤੋਂ ਕਾਰਨ ਪੁੱਛਦਾ ਉਹਨਾਂ ਦੇ ਸਮਾਜ ਤੇ ਗੱਲ ਬਣੀ ਆ ਜਾਂ ਤੁਸੀਂ ਤੁਹਾਡੇ ਕਹਿਣ ਦਾ ਮਤਾਬਕ ਉਹਨਾਂ ਦੇ ਪਰਿਵਾਰਾਂ ਤੇ ਤੇ ਗੱਲ ਬਣੀ ਆ ਤਾਂ ਉਹਨਾਂ ਦਾ ਸਾਥ ਦੇਣ ਦੇ ਲਈ ਕਾਫੀ ਸਾਰੇ ਲੋਕ ਉਹਨਾਂ ਦੇ ਸਾਥ ਦੇ ਵਿੱਚ ਆ ਗਏ ਉਸ ਚੈਨਲ ਦੇ ਉੱਤੇ ਦੇਖਿਆ ਮੈਂ ਉਹ ਕਹਿੰਦੇ ਨੇ ਜੀ ਐਦਾਂ ਕਰਕੇ ਤਾਂ ਐਦਾਂ ਦੇ ਕੱਪੜੇ ਪਾਉਂਦੇ ਆ ਜੀ ਅਸੀਂ ਨਹੀਂ ਪਾਉਂਦੇ ਐਦਾਂ ਦਾ ਘਰ ਬਣਾ ਲਿਆ ਪਰ ਥੋੜਾ ਸਮਾਜ ਆ ਜਿਹੜਾ ਉੱਥੋਂ ਮੈਂ ਪੁੱਛਦਾ ਆ ਆ ਮੋੜ ਤੋਂ ਉਹ ਨਹੀਂ ਬੋਲਣ ਨੂੰ ਤਿਆਰ ਕਿਵੇਂ ਲੜਾਈ ਲੜ ਲਵੋਗੇ ਫਿਰ ਬਾਈ ਜੀ ਗੱਲ ਹੁਣ ਇਹ ਆ ਵੀ ਜੇ ਤਾਂ ਕੁੜੀਆਂ ਪਾਟੇ ਹੋਏ ਕੱਪੜੇ ਪਾ ਕੇ ਜਾਂਦੀਆਂ ਹੂੰ ਤੇ ਗੁਜ਼ਾਰਾ ਫੇਰ ਵੀ ਨਹੀਂ ਹੋਣਾ ਜੇ ਕੁੜੀਆਂ ਹੋ ਵਧੀਆ ਬਣ ਕੇ ਜਾਂਦੀਆਂ ਨਹੀਂ ਸਾਡਾ ਹੱਕ ਆ ਕੱਪੜੇ ਪਾਉਣਾ ਯਾਰ ਸਾਫ ਸੁਥਰਾ ਸਾਨੂੰ ਕੌਣ ਕਹਿ ਸਕਦਾ ਆਪਣਾ ਹੱਕ ਬਣਦਾ ਹੁਣ ਉੱਥੇ ਚੰਗੀਆਂ ਕਾਲਜ ਦੇ ਵਿੱਚ ਚੰਗੀਆਂ ਕੁੜੀਆਂ ਵੀ ਤਕੜੇ ਘਰਾਂ ਦੀਆਂ ਪੜਦੀਆਂ ਉੱਥੇ ਮਾੜੇ ਕਰ ਜੇ ਹੁਣ ਪਾਟੇ ਪਾ ਕੇ ਜਾਂਦੀਆਂ ਤਾਂ ਮਣੀ ਲੋਕ ਜਰਦੇ ਜੇ ਚੰਗੇ ਪਾ ਕੇ ਜਾਂਦੀਆਂ ਤੇ ਤਾਂ ਮਣੀ ਜਰਦੇ ਤੇ ਹੁਣ ਕਰਿਆ ਜਾਵੇ ਤਾਂ ਕਰਿਆ ਕੀ ਜਾਵੇ ਤੇ ਕੁੜੀਆਂ ਨੂੰ ਘਰ ਹੀ ਬਿਠਾਈ ਰੱਖੀਏ ਹੂੰ ਉਹਨੂੰ ਕਾਲਜ ਨਾ ਭੇਜੀਏ ਨਹੀਂ ਮੈਂ ਪੁੱਛਿਆ ਸੀ ਸਮਾਜ ਦੀ ਗੱਲ ਜੇ ਉਹਨਾਂ ਦਾ ਸਮਾਜ ਇਕੱਠਾ ਹੋ ਕੇ ਬੋਲ ਸਕਦਾ ਜਦ ਕਿ ਸਾਡੀਆਂ ਤੋਂ ਤੁਸੀਂ ਕਹਿੰਦਾ ਤੁਹਾਡੀਆਂ ਧੀਆ ਵੀ ਸਾਫ ਸੁਥਰ ਹੈ ਕੈਰੈਕਟਰ ਸਾਰਾ ਕੁਝ ਹੈ ਸਾਬਤ ਨਹੀਂ ਕਰ ਸਕਦੇ ਇਹ ਫਿਰ ਤੁਹਾਡੇ ਵਾਲਾ ਸਮਾਜ ਕਾ ਤੇ ਪਿੱਛੇ ਹਟਦਾ ਹੁਣ ਸਾਡੇ ਵਾਲਾ ਸਮਾਜ ਬਸ ਹੁਣ ਸਾਨੂੰ ਪਤਾ ਹੀ ਆ ਜੀ ਉਹ ਕਿਹੜੀ ਗੱਲਾਂ ਚੁੱਪਾ ਹੂੰ ਉਹ ਹੁਣ ਵਾ ਠੀਕ ਆ ਦਾਰਾ ਦਾਰਾ ਉਹਨਾਂ ਤਣਾੜ ਲੋਕਾਂ ਦਾ ਦਾਰਾ ਹਾਂਜੀ ਹਾਂਜੀ ਉਹਨਾਂ ਤਣਾੜ ਲੋਕਾਂ ਦਾ ਦਾਰਾ ਉਹ ਤਾਂ ਕਰਕੇ ਉਹ ਥੋੜਾ ਜਿਹਾ ਦਬ ਜਾਂਦੇ ਵੀ ਯਾਰ ਆਪਾਂ ਉਹ ਤੋਂ ਕੋਈ ਲੋੜ ਪੈ ਸਕਦੀ ਤਾਂ ਲਾ ਲਓ ਜਾਂ ਕਿਸੇ ਹੋਰ ਗੱਲੋਂ ਉਹ ਥੋੜਾ ਜਿਹਾ ਦਬਦੇ ਆ ਜਾਂ ਮੌਕੇ ਦੇ ਸਰਪੰਚ ਤਕੜਾ ਬੰਦਾ ਥੋੜਾ ਜਿਹਾ ਗੱਲ ਬੋਲ ਜਾਂਦਾ ਵਾ ਹੂੰ ਮਾੜਾ ਬੰਦਾ ਚੁੱਪ ਕਰ ਜਾਂਦਾ ਵਾ ਚਾਹੇ ਉਹ ਜਾਤੀਵਾਦ ਨਾਲ ਲਾ ਲਓ ਚਾਹੇ ਉਹ ਅਮੀਰੀ ਨਾਲ ਲਾ ਲਓ ਵੈਸੇ ਨਾਲ ਲਾ ਲਓ ਉਹ ਹੁਣ ਨੋ ਕਾ ਨਹੀਂ ਪਤਾ ਜੀ ਫਿਰ ਉਹਨਾਂ ਦੋ ਲੜਕਿਆਂ ਤੇ ਵੀ ਕਾਰਵਾਈ ਕਰਾਉਂਗੇ ਜਿਨ੍ਹਾਂ ਨੇ ਫੇਸਬੁੱਕ ਤੇ ਉੱਤੇ ਆ ਕੇ ਦੁਨੀਆ ਦੇ ਉੱਤੇ ਇਹਨਾਂ ਧੀਆਂ ਦਾ ਇੱਜ਼ਤ ਉਸ਼ਾਲਿਆ ਨਹੀਂ ਅਸੀਂ ਤਾਂ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਹੀ ਕਿਹਾ ਜੀ ਹੂੰ ਵੀ ਜਿਹੜੇ ਉਹ ਹੁਣ ਦੱਸ ਦਿਆ ਵੀ ਉਹ ਸੇਖੇ ਕਲਾਾਂ ਦੇ ਖੁਰਦ ਦੇ ਆ ਹੂੰ ਪਰ ਉਹ ਹੁਣ ਇੱਥੋਂ ਦੇ ਜੰਪਲ ਜਿੰਨੇ ਵੀ ਉਹਨਾਂ ਦੇ ਨਾਲ ਪੜੇ ਲਿਖੇ ਆ ਜਾਂ ਕੋਈ ਵੀ ਆ ਉਹ ਕਹਿੰਦੇ ਸਾਡੇ ਪਿੰਡ ਦੇ ਮੁੰਡੇ ਨਹੀਂ ਜੀ ਹੂੰ ਹੁਣ ਇਹ ਨਹੀਂ ਪਤਾ ਵੀ ਉਹ ਹੈ ਤੇ ਹੈ ਕਿੱਥੋਂ ਦੇ ਆ ਕਿਤੇ ਇਹ ਤਾਂ ਨਹੀਂ ਕਿਤੇ ਵੀ ਕੋਈ ਉਹਨਾਂ ਤੋਂ ਪੈਸਾ ਤੇ ਲਾ ਦੇ ਕੇ ਜਾਂ ਯਾਰੀ ਦੋਸਤੀ ਦੇ ਤੌਰ ਤੇ ਇਦਾਂ ਦੇ ਬਿਆਨ ਦਿਵਾ ਕੇ ਕੁੜੀਆਂ ਨੂੰ ਗਲਤ ਸਾਬਤ ਕਰਕੇ ਕੱਲ ਕੱਲ ਨੂੰ ਉਸ ਮੁੰਡੇ ਦੀ ਜ਼ਮਾਨਤ ਜਲਦੀ ਕਰਾਉਣ ਦੀ ਕੋਸ਼ਿਸ਼ ਆਏ ਨਹੀਂ ਅਸੀਂ ਨਹੀਂ ਕਹਿ ਸਕਦੇ ਜੀ ਕੋਈ ਵੀ ਬਿਆਨ ਤੁਸੀਂ ਕੁੜੀ ਨੂੰ ਗਲਤ ਕਹਿ ਦਿਓ ਜੀ ਵਕੀਲ ਕਹਿਣ ਦੇਖੋ ਜੀ ਲੋਕੀ ਤਾਂ ਆਹ ਕੁਝ ਕਹਿੰਦੇ ਨਹੀਂ ਅਸੀਂ ਨਹੀਂ ਕਹਿ ਸਕਦੇ ਜੀ ਜਿਵੇਂ ਮੁੰਡਿਆਂ ਨੇ ਉਹਨਾਂ ਨੇ ਬਿਆਨ ਦਿੱਤਾ ਵਾ ਨਹੀਂ ਹੁਣ ਕਹੀ ਤਾਂ ਸਾਰਾ ਕੁਝ ਹੀ ਜਾਂਦੇ ਆ ਉਹ ਮੁੰਡੇ ਕਹਿੰਦੇ ਜੀ ਉਹ 8 ਲੱਖ ਰੁਪਈਆ ਲਿਆ ਜੇ 8 ਲੱਖ ਰੁਪਈਆ ਇਹਨਾਂ ਨੇ ਕੋਈ ਬਲੈਕਮੇਲ ਕਰੀ ਹੁੰਦੀ ਤਾਂ ਮਕਾਨ ਆ ਹੁੰਦਾ ਜੀ 8 ਲੱਖ ਮੰਗਦੀਆਂ ਸੀ ਤੇ ਹੁਣ ਨੂੰ ਉਹ ਕੈਨੇਡ ਜੇ ਉਹਨਾਂ ਦਾ ਕੋਈ ਇਹ ਜਿਹਾ ਹੀ ਕੋਸਕ ਪੱਖ ਬਣਾਉਣਾ ਹੁੰਦਾ ਤਾਂ ਅਸੀਂ ਉਹਨੂੰ ਆਈ ਲਫਟ ਕਰਾ ਕੇ ਕੋਈ ਮੁੰਡਾ ਨਾ ਖਰਚੇ ਵਾਲਾ ਲੱਭ ਲੈਂਦੇ ਤੇ ਅਸੀਂ ਕੈਨੇਡਾ ਅਮਰੀਕਾ ਭੇਜ ਦਿੰਦੇ ਤੇ ਉਹਨਾਂ ਕੋਲ ਜਰੂਰ ਅਸੀਂ ਹੱਥ ਾੜਦੇ ਹੁਣ ਅੱਗੇ ਕੀ ਲੱਗਦਾ ਤੁਹਾਨੂੰ ਇਨਸਾਫ ਮਿਲ ਜੂ ਇਨਸਾਫ ਦਾ ਹੁਣ ਤਾਂ ਐ ਆ ਜੀ ਪ੍ਰਸ਼ਾਸਨ ਸਾਨੂੰ ਪੂਰੀ ਹੱਲਾਸ਼ੇਰੀ ਦੇਈ ਜਾਂਦਾ ਉਹ ਕਹਿੰਦੇ ਆ ਵੀ ਤੁਸੀਂ ਆਰਾਮਨਾ ਜਾਂ ਕਿਵੇਂ ਵੀ ਤੁਸੀਂ ਆਪਣਾ ਭੋਗ ਨਗਾਓ ਉਦੋਂ ਬਾਅਦ ਅਸੀਂ ਪੂਰਾ ਸੋਨ ਨੂੰ ਹੱਲਾਸ਼ੇਰੀ ਦਿੰਨੇ ਆਂ ਅਸੀਂ ਤੁਹਾਡੇ ਤੇ ਹੱਥ ਰੱਖਦੇ ਆਂ ਕਿ ਜਿੰਨੀ ਕਾਰਵਾਈ ਹੁਣ ਤੱਕ ਹੋਈ ਆ ਉਹ ਪੂਰੀ ਵਧੀਆ ਹੋਈ ਆ ਹੂੰ ਪਰਿਵਾਰ ਠੀਕ ਆ ਪਿੱਛੇ ਹਾਂਜੀ ਹਾਂਜੀ ਪਰਿਵਾਰ ਸਾਰਾ ਠੀਕ ਆ ਹੂੰ ਤੇ ਬਾਕੀ ਹੁਣ ਪਰਿਵਾਰ ਡਰਦਾ ਵੀ ਆ ਵੀ ਬਾਈ ਜਾਨਸ ਕਿਤੇ ਕੋਈ ਕੁਛ ਸੁਰੱਖਿਆ ਦੀ ਗੱਲ ਵੀ ਕਹੀ ਆ ਤੁਸੀਂ ਪੁਲਿਸ ਵਾਲਿਆਂ ਨੂੰ ਵੀ ਕੋਈ ਕੱਲ ਨੂੰ ਸਾਨੂੰ ਜੇ ਕੁਝ ਹੋ ਸਕਦਾ ਸੁਰੱਖਿਆ ਸਾਨੂੰ ਦਿੱਤੀ ਨੀ ਸੁਰੱਖਿਆ ਦਿੱਤੀ ਹੋਈ ਆ ਜੀ ਉਹਨਾਂ ਦਾ ਤਾਂ ਅਸੀਂ ਬਹੁਤ ਦਿਨੋਂ ਧੰਨਵਾਦ ਕਰਦੇ ਆ ਸੁਰੱਖਿਆ ਦਿੱਤੀ ਆ ਸਾਨੂੰ ਵਧੀਆ ਕਿੱਥੇ ਨੇ ਜੀ ਉਹ ਉਹ ਮੁਲਾਜ਼ਮ ਇੱਥੇ ਆ ਜੀ ਉਹ ਦਿਨ ਤੋਂ ਰਾਤ ਸਾਡੇ ਕੋਲੇ ਰਹਿੰਦੇ ਆ ਤੇ ਕੋਈ ਇਹੋ ਜੀ ਕੋਈ ਗੱਲ ਹੀ ਨਹੀਂ ਜੀ ਸਾਡੀ ਸੋ ਇੱਥੇ ਦੇਖਣ ਵਾਲੀ ਗੱਲ ਆ ਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਉਹਨਾਂ ਲੋਕਾਂ ਦੀ ਮਾਨਸਿਕਤਾ ਤੋਂ ਇੱਥੇ ਪਤਾ ਲੱਗਦਾ ਜਿਹੜੇ ਸਾਡੇ ਕੱਪੜੇ ਵੀ ਪਰਖਦੇ ਨੇ ਸਾਡੀਆਂ ਧੀਆਂ ਪਣਾ ਦੇ ਸਮਾਜ ਦੇ ਇੱਥੇ ਮੈਂ ਕਹਾਂਗਾ ਕਿ ਬਹੁਤ ਲੋਕਾਂ ਦਾ ਕਹਿਣਾ ਕਿ ਦਲਿਤ ਪਰਿਵਾਰ ਅਸੀਂ ਕਿਉਂ ਕਹੀਏ ਦਲਿਤ ਪਰਿਵਾਰ ਕੀ ਦਲਿਤ ਪਰਿਵਾਰਾਂ ਦੀਆਂ ਧੀਆਂ ਨੂੰ ਬੱਚੀਆਂ ਨੂੰ ਪੜਨ ਦਾ ਹੱਕ ਨਹੀਂ ਜਾਂ ਧੀ ਕਿਸੇ ਦੀ ਵੀ ਹੋਵੇ ਉਹ ਚਾਹੇ ਦਲੇਦ ਦੀ ਹੋਵੇ ਉਹ ਜਰਨਲ ਦੀ ਹੋਵੇ ਉਹ ਚਾਹੇ ਕਿਸੇ OBC ਦੀ ਹੋਵੇ ਧੀ ਤਾਂ ਧੀ ਹੁੰਦੀ ਆ ਨਾ ਇੱਜ਼ਤ ਤਾਂ ਇੱਜ਼ਤ ਹੁੰਦੀ ਆ ਪਰ ਅੱਜ ਸਾਡੇ ਸਮਾਜ ਦੇ ਵਿੱਚ ਕਿਹੜੀਆਂ ਕਿਹੜੇ ਪਾਸੇ ਨੂੰ ਸਾਨੂੰ ਤੋਰਿਆ ਜਾ ਰਿਹਾ ਉਹਨਾਂ ਲੋਕਾਂ ਦੀ ਮੈਂ ਮਾਨਸਿਕਤਾ ਤੋਂ ਹੈਰਾਨ ਆ ਜਿਹੜੇ ਐਦਾਂ ਦੀਆਂ ਅੱਜ ਗੱਲਾਂ ਕਰਦੇ ਪਏ ਨੇ ਕਿ ਉਹ ਪੈਸੇ ਖਾਂਦੀਆਂ ਸੀ ਉਹ ਆ ਕਰਦੀਆਂ ਸੀ ਉਹ ਕਰਦੀਆਂ ਸੀ ਤੇ ਮੈਂ ਕਹਿੰਦਾ ਉਹ ਨਾਲ ਲੱਗਦਾ ਇਹ ਵੀ ਕਹਿੰਦੇ ਨੇ ਕਿ ਲੜਕਾ ਬੜਾ ਸਾਊ ਸੀਗਾ ਜੀ ਉਹਨੇ ਤਾਂ ਕਦੇ ਕੁੱਤੇ ਦੇ ਸੁੱਟੀ ਨਹੀਂ ਮਾਰੀ ਸੀ ਮੈਂ ਹੈਰਾਨ ਆ ਕਿ ਜੇ ਆਹ ਕਸ਼ੂ ਹੁੰਦਾ ਬਾ ਤੁਸੀਂ ਲੜਕੇ ਨੂੰ ਫੇਰ ਵੀ ਸਾਊ ਕਹਿੰਦੇ ਹੋ ਜੀਨੇ ਦੋ ਪਰਿਵਾਰ ਦੀਆਂ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਸੀਂ ਤਕੜੇ ਬੰਦੇ ਦੀ ਭੈਣ ਬਣਾ ਸਕਦੇ ਆ ਤੇ ਸਾਡੀ ਭੈਣ ਕਿਸੇ ਦੀ ਬਣ ਨਹੀਂ ਸਕਦੀ ਹੂੰ ਇਹ ਵੀ ਗੱਲ ਆ ਜੀ ਹੁਣ ਹਰੇਕ ਗਰੀਬ ਬੰਦੇ ਦੀ ਗਰੀਬ ਬੰਦੇ ਹੀ ਭੈਣ ਬਣਾਊਗਾ ਹੂੰ ਤਕੜੇ ਬੰਦੇ ਦੀ ਸਾਡੀ ਭੈਣ ਨਹੀਂ ਬਣਦੀ ਉਹ ਉਹ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਨਾ ਕਿ ਮਾੜੇ ਦੀ ਘਰ ਵਾਲੀ ਹਰੇਕ ਦੀ ਪਰਜਾਈ ਉਹ ਹਾਲ ਉਹ ਹਾਲ ਸਮਾਜ ਦੇ ਨਾਲ ਹਾਂਜੀ ਹਾਂਜੀ ਉਹ ਹਾਲ ਆ ਜੀ ਹੂੰ ਇਸ ਹੱਬ ਤਾਂ ਹੁਣ ਜਿਵੇਂ ਸਾਨੂੰ ਲੱਗਦਾ ਵੀ ਸਾਡੀਆਂ ਤਾਂ ਕੁੜੀਆਂ ਕਿਸੇ ਦੀਆਂ ਭੈਣਾਂ ਧੀਆਂ ਹੈ ਹੀ ਨਹੀਂ ਤਕੜੇ ਦੀ ਧੀ ਭੈਣ ਕਾਹਤੋਂ ਅਸੀਂ ਗਰੀਬ ਬੰਦਾ ਉਹਨੂੰ ਕਹਿੰਦਾ ਭੈਣ ਆ ਮੇਰੀ ਤਾਈ ਆ ਮੇਰੀ ਚਾਚੀ ਆ ਪਰ ਉਹਨਾਂ ਦੀਆਂ ਕੁਸ ਲੱਗਦੀਆਂ ਨਹੀਂ ਸੀਗੀਆਂ ਹੂੰ ਜੇ ਲੱਗਦੀਆਂ ਸੀ ਵੀ ਸਮਝਿਆ ਵੀ ਨਹੀਂ ਜਾਂਦਾ ਹੁਣ ਹਰੇਕ ਬੰਦਾ ਕਹਿੰਦਾ ਚੰਗਾ ਜੀ ਉਹ ਚੰਗਾ ਸੀਗਾ ਜੀ ਉਹ ਚੰਗਾ ਸੀ ਉਹਨੇ ਚੰਗਾ ਕੰਮ ਕਰਤਾ ਜੀ ਨਹੀਂ ਚੰਗਾ ਮੈਂ ਕਿਹੜੇ ਪਾਸਿਓਂ ਕਹੂੰਗਾ ਮੈਂ ਪਹਿਲਾਂ ਕਹਿ ਕੇ ਹਟਿਆ ਜਿਹੜਾ ਬੰਦਾ ਵਿਆਹਿਆ ਵਰਿਆ ਹੋਣ ਦੇ ਬਾਵਜੂਦ ਆਪਦੀ ਪਤਨੀ ਨੂੰ ਧੋਖਾ ਦੇ ਰਿਹਾ ਉਹ ਕਿਹੜੇ ਪਾਸਿਓਂ ਚੰਗਾ ਜਿਹੜਾ ਬੰਦਾ ਵਿਆਹਿਆ ਵਰਿਆ ਹੋਣ ਦੇ ਬਾਵਜੂਦ ਇਹਨਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਵੀ ਜੇ ਮੈਂ ਮੰਨ ਲਵਾਂ ਕਿ ਜੇ ਉਹ ਲੜਕੀਆਂ ਦੇ ਨਾਲ ਗਲਤ ਸੀ ਕਿਹੜੇ ਫਿਰ ਕਿਹੜੇ ਪਾਸਿਓਂ ਚੰਗਾ ਜਿਹੜੇ ਕਹਿੰਦੇ ਨੇ ਕੁੱਤੇ ਦੇ ਸੂਟੀ ਮਾਰੀ ਨਹੀਂ ਸੀ ਪਰ ਗੋਲੀਆਂ ਮਾਰ ਸਕਦਾ ਪਰ ਫਿਰ ਵੀ ਸੀ ਮੁੰਡਾ ਚੰਗਾ ਸੀ ਜੇ ਇਹੀ ਇਹਨਾਂ ਪਰਿਵਾਰਾਂ ਦਾ ਇਹ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਤਾਂ ਜੇ ਚੰਗਾ ਵੀ ਹੁੰਦਾ ਇਹ ਫਿਰ ਵੀ ਮਾੜੇ ਬਣ ਜਣੇ ਸੀ ਤਕੜੇ ਦਾ ਸੱਤੀ ਵੀ ਸੀ 100 ਉਹ ਹਾਲ ਆ ਦੇਖਦੇ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰਾ ਵਿਸ਼ਵਾਸ ਦਿੱਤਾ ਵਾ ਕਿ ਤੁਹਾਡਾ ਹੱਕ ਜਿਹੜਾ ਤੁਹਾਡਾ ਬਣਦਾ ਵਾ ਉਹ ਦਿੱਤਾ ਜਾਏਗਾ ਜਿਹੜੇ ਜਿਹੜੇ ਸੰਪਲਾ ਸਾਹਿਬ ਕੱਲ ਆਏ ਸੀ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀਗਾ ਇੱਥੇ ਸਾਫ਼-ਕੂਰੇ ਸ਼ਬਦਾਂ ਦੇ ਵਿੱਚ ਦੱਸੋ ਕਿ ਕੋਈ ਮਦਦ ਕੀਤੀ ਗਈ ਆ ਕਿ ਕੱਲੀ ਹਜੇ ਵੀ ਕਾਗਜ਼ੀ ਹੋਈ ਆ ਨੇ ਕੋਸਕ ਤਾਂ ਮਦਦ ਤਾਂ ਸਾਡੀ ਹੋ ਗਈ ਜੀ ਬਾਕੀ ਜਿਹੜੀ ਰਹਿੰਦੀ ਉਹ ਪੈਸੇ ਨਾਲ ਬੱਚੇ ਤਾਂ ਨਹੀਂ ਮੋੜ ਸਕਦੇ ਜੀ ਅਸੀਂ ਕਹਿੰਦੇ ਆ ਜਿਹੜੇ ਪਿੱਛੇ ਪਰਿਵਾਰ ਦੇ ਬੱਚੇ ਨੇ ਉਹਨਾਂ ਦਾ ਕੋਈ ਭਵਿੱਖ ਬਣਨ ਦੇ ਲਈ ਸਰਕਾਰ ਨਹੀਂ ਸਾਨੂੰ ਤਾਂ ਜ਼ਿਆਦਾਤਰ ਇਹੀ ਆ ਜੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਹੂੰ ਚਲੋ ਪੈਸਾ ਆਪਦੀ ਜਗ੍ਹਾ ਪਰਿਵਾਰ ਆਪਦੀ ਜਗ੍ਹਾ ਉਹ ਬੱਚੀਆਂ ਜਿੱਥੇ ਜਾਣੀਆਂ ਸੀ ਉਹ ਪਤਾ ਨਹੀਂ ਕਿੱਥੇ ਗਈਆਂ ਉਹਦੇ ਉਹਦੇ ਵੀ ਬੱਚੇ ਹੈਗੇ ਆ ਜੀ ਨਹੀਂ ਇਹ ਨਹੀਂ ਪਤਾ ਉਹ 7 ਸਾਲ ਦਾ ਉਹ ਉਹਨਾਂ ਨਾਲ ਗੱਲ ਬੱਚਾ ਜੀ ਉਹ ਬਾਈ ਜੀ ਮੈਂ ਵੀ ਦੋਨਾਂ ਦੇ ਨਾਲ ਹਾਂ ਜੀ ਆ ਦਿਓ ਰਿਹਾ ਜੋ ਜੀ ਬਾਪੂ ਜੀ ਇੱਧਰ ਆ ਜੋ ਮੇਰੇ ਕੋਲੇ ਇੱਥੇ ਮੇਰੇ ਨਾਲ ਬਜ਼ੁਰਗ ਨੇ ਕੋ ਕੁਝ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਘਟਨਾ ਐਡੀ ਕਿ ਦੁਖਦਈ ਆ ਪਰਿਵਾਰ ਹਜੇ ਵੀ ਸਦਮੇ ਦੇ ਵਿੱਚ ਆ ਪਿਤਾ ਜੀ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਹੌਸਲਾ ਨਹੀਂ ਪੈਂਦਾ ਦੋ ਸ਼ਬਦ ਕਹਿ ਕੇ ਉਹਨਾਂ ਨੇ ਕਿਹਾ ਕਿ ਵੀਰ ਦੇ ਨਾਲ ਗੱਲ ਕਰ ਲਓ ਬਾਪੂ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਇੰਦਰੀ ਸੇਖਾ ਹਾਂ ਮੈਂ ਬਹੁਦੇ ਸਮੇਂ ਪੱਟੇ ਜਿਹੜਾ ਮੋਗੇ ਦਾ ਸਕੱਤਰ ਹਾਂ ਕਿੱਦਾਂ ਦੇਖਦੇ ਹੋ ਇਸ ਸਾਰੀ ਘਟਨਾ ਨੂੰ ਜਾਂ ਹੁਣ ਤੱਕ ਪਰਿਵਾਰ ਦੇ ਨਾਲ ਕੀ ਜੋ ਬੀਤਿਆ ਉਹਨੂੰ ਕੀ ਦੇਖਦੇ ਹੋ ਦੇਖੋ ਭਾਰਤ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀ ਵੀ ਰਾਮ ਅੰਬੇਡਕਰ ਦਾ ਲਿਖਿਆ ਸੰਵਿਧਾਨ ਆ ਕਾਨੂੰਨ ਹੈ। ਹੂੰ 26 ਜਨਵਰੀ 1950 ਨੂੰ ਸਾਡੇ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀ ਵੀ ਰਾਮ ਅੰਬੇਡਕਰ ਦੁਆਰਾ ਲਿਖਿਆ ਕਾਨੂੰਨ ਲਾਗੂ ਆ। ਇਹ ਇੱਥੇ ਕੋਈ ਮਨੁੱਖੀ ਸਮਰੱਥੀ ਲਾਗੂ ਨਹੀਂ ਹੈ। ਹੂੰ ਕਿ ਭਾਰਤੀ ਸੰਵਿਧਾਨ ਹਰ ਇੱਕ ਨੂੰ ਜੀਣ ਦਾ ਅਧਿਕਾਰ ਦਿੰਦਾ ਹੈ। ਬਿਲਕੁਲ ਜੀਣ ਦਾ ਦਿੰਦਾ ਜੀ। ਤੇ ਸਾਡਾ ਪੰਜਾਬ ਜਿਸ ਪੰਜਾਬ ਦੇ ਵਿੱਚ ਸਿੱਖ ਗੁਰੂਆਂ ਦੀ ਬਾਣੀ ਸੁਭਾਸ਼ਾਬ ਚਲਦੀ ਹੈ ਜਿਸ ਧਰਤੀ ਤੇ ਕਿਹਾ ਗਿਆ ਹੈ ਕਿ ਸਿੱਖ ਕਿਸੇ ਵੀ ਔਰਤ ਤੇ ਹੱਥ ਨਹੀਂ ਚੱਕੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਜਿੱਥੇ ਗੁਰਬਾਣੀ ਚਲਦੀ ਹੋਵੇ ਸੁਭਾ ਸ਼ਾਮ ਉਸ ਧਰਤੀ ਤੇ ਬੇ ਇੱਥੇ ਜਿਹੜਾ ਕਤਲ ਕੀਤਾ ਗਿਆ ਔਰਤਾਂ ਨੂੰ ਦੋ ਲੜਕੀਆਂ ਨੂੰ ਘਰੌਣੀ ਹਰਕਤ ਕੀਤੀ ਗਈ ਪਿੰਡ ਦੇ ਸ਼ਰਮੇਦਾਰ ਲੜਕੇ ਵੱਲੋਂ ਜਿਹੜਾ ਕਿ ਕਾਂਗਰਸੀ ਜੀ ਸਰਪੇਚ ਦਾ ਲੜਕਾ ਜੋ ਗੁੰਡਾਗਰਦੀ ਕੀਤੀ ਗਈ ਆ ਉਹਦੀ ਉੱਪਰ ਜੋਰ ਸ਼ਬਦਾ ਵਿੱਚ ਮੈਂ ਨਿੰਦਾ ਕਰਦਾ ਅਤੇ ਮੰਗ ਕਰਦਾ ਕਿ ਇਸ ਲੜਕੇ ਨੂੰ ਫਾਸੀ ਸਜ਼ਾ ਦਿੱਤੀ ਜਾਵੇ ਨਹੀਂ ਫਿਰ ਉਹ ਲੋਕ ਕੌਣ ਨੇ ਜੀ ਜਿਹੜੇ ਕਹਿੰਦੇ ਮੁੰਡਾ ਤਾਂ ਬੜਾ ਚੰਗਾ ਸੀਗਾ ਜੀ ਉਹਨੇ ਤਾਂ ਕਦੇ ਕੁੱਤੇ ਦੀ ਸੋਟੀ ਨਹੀਂ ਮਾਰੀ ਉਹ ਫਿਰ ਕਿੱਥੋਂ ਦੇ ਨੇ ਲੋਕ ਉਹ ਜਿਹੜਾ ਲੋਕ ਨੇ ਉਹ ਸਾਡੇ ਪਿੰਡ ਦੇ ਲੋਕ ਨਹੀਂ ਹੂੰ ਪਰ ਉਹ ਕੌਲੀ ਚਟਾ ਹੂੰ ਉਹਨਾਂ ਦਾ ਕੰਮ ਹੈ दारू ਪੀ ਕੇ ਆਪਣੇ ਗੱਸੋਲ ਨਾਲ ਗੱਲਾਂ ਮਾਰਨ ਨੂੰ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਹੂੰ ਬਸ ਉਹਦਾ ਸ਼ਰਾਬ ਤੱਕ ਆ ਸੀਂ ਤੋਂ ਵੀ ਲੋਕ ਉਹਨੇ ਹੀ ਮਾਰ ਸੋਕਾ ਇੱਥੇ ਖੜੀ ਹੈ ਠੀਕ ਹੈ ਜੀ ਉਹਦਾ ਕੱਪੜੇ ਵੀ ਪਰਖ ਦਿਆ ਕਹਿੰਦੇ ਜੀ ਕੱਪੜੇ ਵਧੀਆ ਪਾਉਂਦੀਆਂ ਸੀ ਅਸੀਂ ਤਾਂ ਸਾਡੀਆਂ ਬੁੜੀਆਂ ਨਹੀਂ ਪਾਉਂਦੀਆਂ ਉਦਾਂ ਦੇ ਕੱਪੜੇ ਪਾਉਂਦੀਆਂ ਸੀ ਵਿਚਾਰੀਆਂ ਇਹ ਜਿਹੜਾ ਪਰਿਵਾਰ ਆ ਦਸਾਂ ਨੂੰ ਦੀ ਕਿਰਤ ਕਮਾਈ ਕਰਦਾ ਹੂੰ ਕੋਈ ਉਹ ਜੀ ਜਿਹੜੀਆਂ ਉਹ ਝੂਠੇ ਇਲਜ਼ਾਮ ਲਾ ਰਹੇ ਆ ਕੋਈ ਉਹ ਵੀ ਜੀ ਗੱਲ ਨਹੀਂ ਕੋਈ ਵਸਤਾ ਨਹੀਂ ਕੀ ਇਹ ਬਾਈ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਤੇ ਫਿਰ ਉਹਨਾਂ ਤੇ ਐਸ ਸੀ ਐਸਟੀ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੂੰ ਉਹਨਾਂ ਜਿਹੜੇ ਮੁੰਡਿਆਂ ਨੇ ਜਿਹਨਾਂ ਇਹ ਗੱਲਾਂ ਕੀਤੀਆਂ ਬਾਬਾ ਨਾਨਕ ਜੀ ਨੇ ਕਿਹਾ ਕਿ ਸੋ ਕਿਉ ਮੰਦਾ ਆਖੀ ਜਿੱਤ ਜਮੈ ਰਾਜਾਨ ਪਰ ਅੱਜ ਇਹਨਾਂ ਪਾਰਟੀ ਬਾਜ਼ੀਆਂ ਦੇ ਨੂੰ ਦੇਖਦੇ ਹੋਏ ਇਹਨਾਂ ਧੜੇ ਬੰਦੀਆਂ ਨੂੰ ਦੇਖਦੇ ਹੋਏ ਇਹਨਾਂ ਜਾਤੀਵਾਦੀਆਂ ਨੂੰ ਦੇਖਦੇ ਹੋਏ ਉਹਨਾਂ ਧੀਆਂ ਤੱਕ ਦੀ ਇੱਜ਼ਤ ਨੂੰ ਉਛਾਲ ਕੇ ਆ ਲੋਕਾਂ ਦੇ ਵਿੱਚ ਉਛਾਲਿਆ ਜਾ ਰਿਹਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਐਡਾ ਅਹੁਦਾ ਦਿੱਤਾ ਸੀ ਐਡੀ ਪਦਵੀ ਦਿੱਤੀ ਸੀ ਤੇ ਮੈਂ ਵੀ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਕੁਝ ਸੰਗ ਕਰੋ ਕਾਨੂੰਨ ਹੈ ਸਾਡੇ ਦੇਸ਼ ਦੇ ਵਿੱਚ ਜੋ ਗਲਤ ਹੋਊਗਾ ਉਹਨੂੰ ਜਰੂਰ ਸਜ਼ਾ ਮਿਲੂਗੀ ਪਰ ਇੱਕ ਗੱਲ ਮੈਂ ਇੱਥੇ ਸਮਾਜ ਦੇ ਵਿੱਚ ਸਾਡੇ ਚ ਦੇਖਿਆ ਕਿ ਜਦੋਂ ਕਿਸੇ ਹੋਰ ਦੀ ਗਲਤੀ ਹੁੰਦੀ ਆ ਤਾਂ ਅਸੀਂ ਜੱਜ ਬਣ ਜੰਨੇ ਆ ਫੈਸਲਾ ਸੁਣਾ ਦਿੰਨੇ ਆ ਜਦੋਂ ਸਾਡੀ ਆਪ ਦੀ ਗਲਤੀ ਹੁੰਦੀ ਆ ਤਾਂ ਅਸੀਂ ਝੱਟ ਵਕੀਲ ਬਣ ਜੰਨੇ ਆ ਉਸ ਚੀਜ਼ ਦੀ ਬਕਾਲਤ ਕਰਦੇ ਆ ਕਿ ਨਹੀਂ ਅਸੀਂ ਠੀਕ ਆ ਇਹ ਮਾਨਸਿਕਤਾ ਬਦਲ ਨਹੀਂ ਪਾਉਗੀ ਜਦੋਂ ਕਿਸਾਨੀ ਅੰਦੋਲਨ ਚੱਲਿਆ ਵਾ ਇਸ ਅੰਦੋਲਨ ਦੇ ਵਿੱਚ ਸਾਰੇ ਧਰਮਾਂ ਨੇ ਸਾਰੀਆਂ ਜਾਤਾਂ ਨੇ ਸਾਰੇ ਸਮਾਜ ਨੇ ਇੱਕ ਹੋ ਕੇ ਲੜਾਈ ਲੜੀ ਆ ਕਿ ਨਹੀਂ ਇਹ ਇਕੱਲਾ ਕਿਸਾਨਾਂ ਦਾ ਨਹੀਂ ਕਿਸਾਨ ਵੀ ਸਾਡੇ ਨੇ ਤੇ ਮੈਂ ਉਹਨਾਂ ਕਿਸਾਨ ਆਗੂਆਂ ਨੂੰ ਵੀ ਅੱਜ ਇਹ ਸਵਾਲ ਕਰੂੰਗਾ ਕਿ ਤੁਸੀਂ ਸਟੇਜਾਂ ਤੋਂ ਇਹ ਗੱਲਾਂ ਬੋਲਦੇ ਰਹੇ ਹਾਂ ਕਿ ਐਸ ਭਾਈਚਾਰੇ ਨੂੰ ਵੀ ਆਉਣਾ ਚਾਹੀਦਾ ਐਸ ਭਾਈਚਾਰੇ ਨੂੰ ਵੀ ਆਉਣਾ ਚਾਹੀਦਾ ਕਿ ਅੱਜ ਉਸ ਭਾਈਚਾਰੇ ਲਈ ਤੁਸੀਂ ਕੋਈ ਆਪ ਦਾ ਹਾਂ ਦਾ ਨਾਰਾ ਮਾਰੋਗੇ ਸੋ ਦੇਖਦੇ ਹਾਂ ਜੇ ਪਿੰਡ ਦਾ ਕੋਈ ਹੋਰ ਵੀ ਇਸ ਪਰਿਵਾਰ ਦੇ ਬਾਰੇ ਇਸ ਦੁੱਖ ਨੂੰ ਸਾਂਝਾ ਕਰਨ ਦੇ ਲਈ ਗੱਲ ਕਰਨ ਦੀ ਹਿੰਮਤ ਰੱਖਦਾ ਹੋਇਆ ਤਾਂ ਮੈਂ ਜ਼ਰੂਰ ਗੱਲ ਕਰਾਉਂਗਾ ਤੁਸੀਂ ਦੇਖਦੇ ਰਹੋ ਇਕਮ ਟੀਵੀ ਮੈਂ ਤਰਲੋਚਨ ਸਿੰਘ ਗੱਲ